तब या बता लिखा जाए इधर नॉर्मल फोर्स प्लस एक मिनट नॉर्मल फोर्स प्लस एफ मतलब क्या होगा जी साइन थीटा डाउन वर्ड करके लगते हैं और तो दांतों और तो क्या है ग्रेविटेशनल फोर्स से एफ टू साइन थीटा एम जी प्लस क्या होगा जी एफ टू साइन थीटा साइन थीटा बॉडी बैलेंस हो चुकी है ना अपवर्ड और डाउन डाउन डायरेक्शन हो चुकी है लेफ्ट हैंड साइड और राइट हैंड साइड डिग्री कर देना ਹੁਣ ਵੇਖੋ ਇੱਕ ਮਿੰਟ ਚਲੋ ਇਧਰ ਮੈਂ ਲਿਖ ਲਿਖਵਾ ਆਪਾਂ ਲੈ ਲਈਏ ਨਹੀਂ ਰਾਈਟ ਰਾਈਟ ਸਾਈਡ ਇਜ਼ ਇਕੁਅਲ ਟੂ ਲੈਫਟ ਸਾਈਡ ਫੋਰ ਰਾਈਟ ਸਾਈਡ ਕਿਹੜਾ ਫੋਰਸ ਲੱਗਦਾ ਹੈ ਰਾਈਟ ਹੈਂਡ ਤੇ ਸਰਵ ਐਫ 1 ਸਾਈਡ ਥੀਟਾ ਕੋਸ 1 ਥੀਟਾ ਸਾਈਨ ਥੀਟਾ ਨਾਲ ਕੋਆਇਨ ਥੀਟਾ ਇਹ ਕਿਹੜਾ ਬੋਲੋਗੇ ਤੁਸੀਂ ਬੋਲੋ ਰਾਈਟ ਦਾ ਸੂਤਰ ਫੋਰਸ ਕਰਦਾ ਐਫ 1 ਕੋਸ ਥੀਟਾ ਰਾਈਟ ਦਾ ਸੂਤਰ ਤੁਸੀਂ ਦੱਸ ਦਿਓ ਇੱਧਰ ਲੈਫਟ ਤੋਂ ਤੁਸੀਂ ਦੱਸ ਦਿਓ ਐਫ 2 कॉस थीटा पक्का कॉस ही होगा सही है क्लियर है जी हां जी तो मतलब ये क्लियर है तू श्योर एफ1 कॉस थीटा और एफ2 कॉस थीटा देखो जी जरा अपवर्ड और डाउनवर्ड फोर्स है उसकी डायरेक्शन कीड़ी है एक्स के वाई वाई So in this transmission, F by is equal to zero. Right hand side of left hand side direction के लिए कितना plane है? X X. ले लो तो transmission F X is equal to zero. Zero बताने आना पड़ेगा. So इधर ना D ये बड़ी first step की D के लिए खत्म हो गई है. 35. कोई इंतजार नहीं. ਤੋ ਥੋੜਾ ਮੈਂ ਕੰਪਲੀਕੇਟਡ ਕਰਦਾ ਜਲਦੀ ਬਣਾਇਆ ਤੂੰ ਇੱਧਰ ਤੇ ਤੂੰ ਦਾ ਦੇ ਦੇ ਸੰਦੀਪ ਜੀ ਦਾ ਹੈਡਗ੍ਰਾਮ ਦੀ ਆਪਣੀ ਬੋਡੀ ਵਾਲਾ ਤੂੰ ਬਣਾ ਦੇ ਸੈਕੰਡ ਫਿਰ ਬਣ ਰਿਹਾ ਤੂੰ ਦੇਖੀ ਸੈਕੰਡ ਐਫਬੀਡੀ ਵੇਖੋ ਕੀ ਹੈ थोड़ा चेंज कर चलो जी थोड़ा एंगल थीटा ले जाए एंगल थीटा ले जाओ की होगा जी देखो ये तो बॉडी है जी साड़ी बॉडी का मास है हाँ जी हूँ दसो जी ਪਹਿਲਾ ਬੋਡ ਬੋਡੀ ਤੇ ਕਿਹੜਾ ਫੋਰਸ ਲੱਗੂਗਾ ਚਲੋ ਹੋਰ ਥੋੜਾ ਇੱਕ ਮਿੰਟ ਵੇਟ ਕਰੋ ਇਹਦੇ ਤੇ ਮੈਂ ਦੋ ਫੋਰਸ ਅਪਲਾਈ ਕਰ ਹੀ ਦਿੰਦਾ ਇੱਕ ਫੋਰਸ ਇੱਥੇ ਅਪਲਾਈ ਕਰਦਾ ਜੀ ਮੰਨ ਲਓ ਇਹ ਫੋਰਸ ਫੋਰਸ ਹੈ ਇੱਥੇ ਫੋਰਸ ਅਪਲਾਈ ਕਰਦਾ ਡਾਊਨ ਡਾਇਰੈਕਸ਼ਨ ਦੇ ਵਿੱਚ ਹੋ ਗਿਆ ਤੇ ਐਫ ਟੂ ਫੋਰਸ ਠੀਕ ਹੈ ਜੀ ਇੱਥੇ ਥੀਟਾ ਵਾਲਾ ਥੀਟਾ ਐਂਗਲ ਕ੍ਰੀਏਟ ਕਰਦਾ ਫਿਰ ਇਹ ਇੱਥੇ ਐਂਗਲ ਥੀਟਾ ਕ੍ਰੀਏਟ ਕਰਦਾ ਹਾਂ ਜੀ ਸਭ ਤੋਂ ਪਹਿਲਾਂ ਕਿਹੜਾ ਫੋਰਸ ਲੱਗੂਗਾ ਬੋਡੀ ਤੇ ਬੋਡੀ ਦਾ ਮਾਸ ਹੈ ਗ੍ਰੈਵਿਟੀ ਕਿਧਰ ਨੂੰ ਲੱਗੂਗਾ ਸਟੇਟ ਡਾਊਨ ਵਰਡ ਡਾਇਰੈਕਸ਼ਨ ਵਰਟੀਕਲੀ ਸਟੇਟ ਡਾਊਨ ਵਰਡ ਡਾਇਰੈਕਸ਼ਨ ਦੇ ਵਿੱਚ ਤਾਂ ਇਹ ਫੋਰਸ ਇੱਥੋਂ ਲੱਗੂਗਾ ਜੀ ਆਪਾਂ ਇੱਥੇ ਮੰਨ ਕੇ ਚੱਲਦੇ ਹਾਂ ਇਸ ਡਾਇਰੈਕਸ਼ਨ ਦੇ ਠੀਕ ਹੈ ਜੀ ਸੋ ਇਹ ਕੀ ਆ ਗਿਆ ਜੀ ਐਮ ਜੀ ਇਹ ਫੋਰਸ ਕਿੱਥੇ ਆ ਗਿਆ ਐਮ ਜੀ ਜਿਹੜੀ ਬੋਡੀ ਆ ਬੋਡੀ ਦੇ ਬਿਲਕੁਲ ਨਾਲ ਕੇ ਸਿੱਧੀ ਲਾਈਨ ਡਰਾ ਕਰਦੀ ਜੀ ਸਕੇਲ ਨਾਲ ਡਰਾ ਕਰ ਸਕਦੇ ਜੀ ਅਸੀਂ ਬਾਕੀ ਦੀ ਇਦਾਂ ਕਰਦੇ ਇਹਦੇ ਨਾਲ ਇਹ ਵੀ ਥੀਟਾ ਐਂਗਲ ਕ੍ਰੀਏਟ ਕਰਦਾ ਬਣਾਓ ਜੀ ਕੰਪੋਨੈਂਟ ਅਸੀਂ ਪਹਿਲਾਂ ਐਮ ਜੀ ਦੇ ਕੰਪੋਨੈਂਟ ਵੀ ਬਣ ਗਏ ਐਮ ਜੀ ਜਿਹੜਾ ਆ ਤੁਹਾਡਾ ਜਿਹੜਾ ਐਮ ਜੀ ਆ ਉਹ ਸਟੇਟ ਵਰਟੀਕਲੀ ਡਾਊਨਵਰਡ ਐਕਟ ਕਰਦਾ ਹੈ ਹੁਣ ਇਹ ਵੀ ਜਿਹੜਾ ਵਾ ਇਹ ਐਮ ਜੀ ਦੀ ਆ ਜੀ ਨਾ ਤਾਂ ਪ੍ਰੋਪਰ ਐਕਸ ਐਕਸਿਸ ਤੇ ਆ ਨਾ ਵਾਈ ਦੇ ਵਿੱਚ ਕਿਉਂਕਿ ਜੇ ਅਗਰ ਇਹਦੀ ਇਹਦੀ ਐਕਸ ਦੀ ਗੱਲ ਕਰੋ ਤਾਂ ਜਾਂ ਵਾਈ ਦੀ ਗੱਲ ਕਰੋਗੇ ਇਹਦੀ ਵਾਈ ਇਹ ਬਣ ਜੇਗੀ ਉਹ ਬੋਡੀ ਟ੍ਰਿਕ ਤੇ ਐਕਸ ਥੀਟਾ ਐਂਗਲ ਔਰ ਇਹ ਫਲੈਕਸੀਬਲ ਹੁੰਦੀ ਦੇਖੋ ਮੈਂ ਬੋਡੀ ਇਹਦਾ ਕਰਕੇ ਟਿਲਟ ਕਰਦੀ ਹੈ
चलो तुम दस दो अपना हरमन ये तो लगा वा सुमन पहला राइटर दस दो देखो ये राइट राइट वाला कह रहा है एफ वन सही है जी और ये वाली लाइन होनी पड़ी है
सॉरी ये नहीं ये नहीं ये वाली क्योंकि तो 90 पर होगा तो फिर गर्म है मैं क्वेश्चन पे जी करूं 90 माइनस 3 का लाती हूं फॉर्म करके पे जाए कॉपी चेक करो प्लीज पिछले चैप्टर की देखो ये ना 90 पर नहीं था दोनों के बीच mg cos और mg sin के 90 पर ना जाएगा बस तो बनता पे इस करके थीटा साइड है mg cos दे दिया अदर साइड भी लिया है क्या तू जी mg sin आ गया sin आई होप तुम क्लियर हो तो ये ना हमेशा ग्रेविटी फोर्स है स्टेट वर्टिकल डाउन होता है सो ही वर्टिकल एक्ट करता है इसका जो दो कंपोनेंट बनते हैं ये के वाला कंपोनेंट है एम जी साइन और जो कॉस साइड है एम जी कॉस नॉर्मल फोर्स कितना लगेगा एंड परपेंडिकुलर टू द सरफेस ऑफ द बॉडी और जब कोई इधर करेगा तो ये देना 90 डिग्री क्रिएट करता था ना बॉडी का सरफेस तो ये नॉर्मल फोर्स है ना दो फोर्स हो गए हमने ये बॉडी की पूरी कंडीशन ही तुम दसी एक फोर्स ही और बना देते कितने को पाजी ਮੈਨੂੰ ਥੋੜਾ ਤੁਹਾਡੀ ਟੈਕਨਿਕ ਨੂੰ ਜੋਰ ਮੈਨੂੰ ਕੁਝ ਨਹੀਂ ਆਗਾ ਕੁਝ ਨਹੀਂ ਮਿਲਦਾ ਉਹਦੇ ਕੋਸ ਔਰ ਥੱਲੇ ਵਾਲੇ ਕੋਸ ਹੋਊਗਾ ਤੇ ਉਹਦਾ ਸਾਰਾ ਇਹ ਕਿਹੜਾ ਹੋਗਾ ਕੋਸ ਐਫ ਕੋਸ ਕੋਸ ਥੀਟਾ ਥੀਟਾ ਇਧਰ ਨੂੰ ਐਫ ਸਾਈਨ ਥੀਟਾ ਸਾਈਨ ਥੀਟਾ ਕਲੀਅਰ ਤਨਵੀਰ ਪੱਕਾ ਝੂਠ ਨਾ ਮਾਰਿਓ ਨਹੀਂ ਤਾਂ ਦੁਬਾਰਾ ਦੱਸ ਦਿੰਦਾ ਇਹ ਤੁਹਾਡੀ ਟੈਕਨਿਕ ਸਾਲ ਤੇ ਕਰਨੇ ਆਣਾ ਮੈਂ ਤੇ ਇਹ ਤੋਂ ਛੱਡ ਵੀ ਦਿੰਦਾ ਇਹ ਤਾਂ ਮੈਂ ਆਪਣੀ ਕੋਲੋਂ ਗ੍ਰੇਡ ਕੀਤੀ ਹੈ ਸਾਰੀ ਇਹਦੇ ਵਿੱਚ ਨਹੀਂ ਹੈ ਮੇਰੇ ਕੋਲ ਠੀਕ ਹੈ ਮੈਂ ਸਭ ਇਹ ਕਹਿੰਦਾ ਤੁਹਾਡੀ ਪ੍ਰੈਕਟਿਸ ਹੋ ਜੀ ਬਾਰ ਬਾਰ ਕਰਾਂਗੇ ਰੈਪੀਟ ਕਰਾਂਗੇ ਸਾਡਾ ਡੇਲੀ ਮੂਵ ਬਣ ਜਾਂਦਾ ਜੇ ਮੈਂ ਰੋਟੀ ਖਾਂਦੇ ਆ ਕਾਲੀ ਤੇ ਨਹੀਂ ਜਾਂਦੀ ਡੇਲੀ ਖਾਂਦੇ ਆ ਚੱਲ ਜਾਂਦੀ ਨਾ ਸਿੱਧੀ ਮੂਵ ਵਿੱਚ ਕਿਉਂ ਹੁੰਦਾ ਸਾਡੇ ਡੇਲੀ ਮੂਵ ਹੁੰਦੇ ਆ ਸਾਨੂੰ ਉਤਰੇ ਯਾਦ ਹੋ ਜਾਂਦੇ ਚਲੋ ਚਲੋ ਨਾ ਥੋੜੀ ਸਿੰਪਲ ਵੀ ਕਰ ਦਿੰਦੇ ਆ ਜਿਹੜਾ ਇੱਕ ਫੋਰਸ ਨੂੰ ਬੈਲੈਂਸ ਕਰਨ ਦਾ ਕੰਮ ਵਾਸਤੇ ਲੈਣਾ ਦਾ ਉਹਦੋਂ ਕੋਈ ਨਾ ਫੋਰਸ ਹੀ ਹੋਊਗਾ ਇੱਧਰ ਚਲੋ ਮੈਂ ਰੈਪੀ ਇਹਦੇ ਸੈਂਟਰ ਦੀ ਫੋਰਸ ਕਰਦਾ ਵਾ ਇਹਦਾ ਕੋਈ ਨਹੀਂ ਬਣਦਾ ਇਹਦਾ ਕੋਈ ਨਹੀਂ ਬਣਦਾ ਕਿਉਂਕਿ ਇਹ ਫੋਰਸ ਇਨਕੋ ਕਿਹੜੀ ਡਾਇਰੈਕਸ਼ਨ ਚ ਲੱਗਦਾ ਪਿਆ ਵਾ ਐਕਸ ਲੱਗਦਾ ਪਿਆ ਐਕਸ ਮੰਨਦੇ ਐਕਸ ਚ ਲੱਗਦਾ ਪਿਆ ਬਿਲਕੁਲ ਐਕਸ ਚ ਲੱਗਦਾ ਪਿਆ ਇਹਦਾ ਨਾ ਤੇ ਕੋਈ ਐਕਸ ਕੰਪੋਨੈਂਟ ਬਣਨਾ ਨਾ ਵਾਈ ਹਾਂ ਸਿੱਧਾ ਲਿਖਦਾ ਚਲੋ ਹੁਣ ਉਹਨੂੰ ਆਪਾਂ ਬੈਲੈਂਸ ਕਰ ਲਈਏ ਆਪਾਂ ਸਾਈਡ ਤੇ ਮੰਨ ਲਓ ਸਾਈਡ ਆਪਾਂ ਉਹਦਾ ਲੈ ਕੇ ਚੱਲਦੇ ਆ ਇਹਨੂੰ ਆਪਾਂ ਅਪਰ ਸਾਈਡ ਲੈ ਕੇ ਜਾਂਦੇ ਆ ਇਹਨੂੰ ਆਪਾਂ ਅਪਰ ਸਾਈਡ ਲੈ ਕੇ ਜਾਂਦੇ ਆ
ठीक है जी, तो अपर और डाउनवर्ड जी बैलेंस हो गई है, हम लेफ्ट और राइट करी बैलेंस करिए। इतने की होगा जी मेरी डायरेक्शन बन दी देखो ये वाई बन दी गई है। देखो सॉल्यूशन एफ वाई इज इक्वल टू 0 बैलेंस है। चलो इधर आ जाओ, चलो जो नहीं गल करनी है राइट को लेफ्ट करो। राइट दिख रहे हैं कोर्स कर दिया है अब नहीं आ रहा है केड़ा एन हां एन लग रहा है जी एन ने ना बोल रहा लगता है केड़ा अपॉन डायरेक्शन में बस सही बात कंफर्म है नहीं हां नहीं है ठीक है। लेफ्ट पे बहुत सारे फोर्स लग रहे हैं देखो एम जी कॉस थीटा बिल्कुल सही है जी एफ साइन थीटा साइन थीटा एफ साइन थीटा प्रैक्टिस है करने परसों चलो जी थैंक यू। फिर वीडियो बंद कर दीजिए।